इन्हां ने आख्या भी क्योंकि जिवें असीं दिल्ली देखिया सानू बहुत सारिया समस्यावां दा सामना करना पिया, बहुत साडे ते नौजवानां झूठे परचे पाउंदे नेगे क्योंकि जो आपां विवाक हो के बोलदे इहो जिहे मुश्किलां सानू सामना करना पैंदा सरकारां दा। पर वकील साहब दा धन्नवाद करदा हां साडे विच आए ने, इन्हां ने इह गल कही है भी तुसीं अपणे अपनी इंसाफ की लड़ाई लड़ रहे हो, बंदी सिंघां दी रिहाई लई लड़ाई लड़ रहे हो, जे थोनू किसी भी तरह का नौजवानों नू सरकार तंग परेशान करती है परचा पाउंदे आ असीं थोड़े नाल खड़े हां। ਇਹੋ ਜਿਹੇ ਸਾਡੇ ਵਕੀਲ ਭਰਾਵਾਂ ਨੇ ਦਿੱਲੀ ਅੰਦੋਲਨ ਦੇ ਵਿੱਚ ਵੀ ਬਹੁਤ ਸਾਥ ਦਿੱਤਾ, ਇੱਥੋਂ ਸਾਡੇ ਭਰਾ ਆਏ ਨੇਗੇ ਸਾਡੇ ਲੌਂਗੋਵਾਲ ਤੋਂ ਨੇ ਉਧਰ ਦਾ ਇਹਨਾਂ ਦਾ ਪਿੱਛਾ ਪਿੰਡ ਉਹਨਾਂ ਦਾ ਉਧਰ ਦਾ ਹੀ ਆ ਬੇਸ਼ੱਕ ਇੱਥੇ ਮੋਹਾਲੀ ਦੇ ਵਿੱਚ ਰਹਿੰਦੇ ਨੇਗੇ। ਪਰ ਇਸ ਕਰਕੇ ਨੌਜਵਾਨੋ ਤਾਂ ਹੀ ਮੈਂ ਤੁਹਾਨੂੰ ਕਹਿਣਾ ਵੀ ਜੇ ਤੁਸੀਂ ਆਪਣੇ ਪੰਜਾਬ ਲਈ ਕੁਝ ਕਰੋਗੇ ਤਾਂ ਤੁਹਾਡੇ ਨਾਲ ਇਹੋ ਜਿਹੇ ਚੰਗੇ ਬੰਦੇ, ਜੇ ਤੁਹਾਡੇ ਨਾਲ ਤੁਹਾਡੇ ਕੋਈ ਖਿਲਾਫਤ ਕਰਨ ਵਾਲੇ ਸਰਕਾਰਾਂ ਦੇ ਬੰਦੇ ਨੇ ਤਾਂ ਤੁਹਾਡੇ ਨਾਲ ਚੰਗੇ ਬੰਦੇ ਵੀ ਆ ਕੇ ਖੜਨਗੇ ਜਿਸ ਤਰ੍ਹਾਂ ਵਕੀਲ ਸਾਹਿਬ ਆਏ ਨੇਗੇ। ਇਹਨਾਂ ਦਾ ਧੰਨਵਾਦ, ਜਿਵੇਂ ਕਿ ਪਿਛਲੇ ਦਿਨੀ ਸ੍ਰੀ ਬਰਾੜ ਵਾਲੀ ਘਟਨਾ ਵਾਪਰੀ ਹੈ, ਬੰਦੀ ਸਿੰਘਾਂ ਦੀ ਰਿਹਾਈ ਤੇ ਉਹਨੇ ਗੀਤ ਗਾਇਆ, ਇੱਕ ਵਕੀਲ ਜਿਹੜਾ ਨਜਾਇਜ਼ ਤੰਗ ਪਰੇਸ਼ਾਨ ਕਰ ਰਿਹਾ ਹੈ ਕਿਉਂਕਿ ਜਿਹੜੇ ਸਾਡੇ ਕੋਈ ਵੀ ਪੰਜਾਬ ਲਈ ਆਵਾਜ਼ ਬੁਲੰਦ ਕਰਦਾ ਨੌਜਵਾਨ ਉਹਨਾਂ ਦੇ ਸਰਕਾਰਾਂ ਦੇ ਬੰਦੇ ਹੁੰਦੇ ਨੇਗੇ, ਉਹ ਜਿਹੜਾ ਨਜਾਇਜ਼ ਸਰਕਾਰਾਂ ਦੇ ਕਹਿਣ ਤੇ ਤੰਗ ਪਰੇਸ਼ਾਨ ਕਰਦੇ ਨੇ। ਪਰ ਇੱਕ ਅਜਿਹਾ ਵੀ ਜਿਹੜਾ ਦੂਸਰਾ ਹਿੱਸਾ ਅਜਿਹੇ ਵੀ ਭਰਾ ਨੇਗੇ ਜਿਹੜੇ ਨੇ ਸ਼੍ਰੀ ਵਿਰਾਟ ਨਾਲ ਵੀ ਮੈਂ ਇਹਨਾਂ ਦੇ ਰਾਬਤਾ ਕਾਇਮ ਕਰਵਾ ਰਿਹਾ ਇਹਨਾਂ ਦਾ, ਉਹਨਾਂ ਦੇ ਵਿੱਚ ਵੀ ਕਿਹਾ ਵੀ ਜੇ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਅਸੀਂ ਤੁਹਾਡਾ ਡੱਟ ਕੇ ਜਿਹੜਾ ਕਾਨੂੰਨੀ ਲੜਾਈ ਹੈ ਉਹ ਡੱਟ ਕੇ ਕਾਨੂੰਨੀ ਲੜਾਈ ਲੜਾਂਗੇ, ਤੁਸੀਂ ਜਿਹੜੀ ਆਪਣੀ ਇਨਸਾਫ ਦੀ ਲੜਾਈ ਹੈ ਤੁਸੀਂ ਗਰਾਊਂਡ ਵਾਲੀ ਲੜਾਈ ਲੜੋ, ਅਸੀਂ ਤੁਹਾਡੀ ਕਾਨੂੰਨੀ ਲੜਾਈ ਵੀ ਲੜਾਂਗੇ। ਇਹ ਭਰਾ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ, ਵਕੀਲ ਸਾਹਿਬ ਕੁਝ ਹੋਰ ਤਾਂ ਨਹੀਂ ਕਹਿਣਾ ਚਾਹੁੰਦਾ? ਠੀਕ ਹੈ ਬਾਈ, ਜਿੱਥੇ ਵੀ ਕਿਸੇ ਨੂੰ ਲੋੜ ਪੈਂਦੀ ਚਾਹੇ ਮੋਹਾਲੀ ਦੇ ਵਿੱਚ ਲੋੜ ਪੈਂਦੀ ਹੈ ਚਾਹੇ ਚੰਡੀਗੜ੍ਹ ਦੇ ਵਿੱਚ, ਅਸੀਂ ਇੱਥੇ ਲੋਕਲ ਹੋਣ ਕਰਕੇ ਮੋਹਾਲੀ ਕਿਸੇ ਵੀ ਮੇਰੇ ਵੀਰ ਭਰਾ ਨੂੰ ਜਾਂ ਭੈਣ ਨੂੰ ਕੋਈ ਪੁਲਿਸ ਵਾਲਾ ਤੰਗ ਕਰਦਾ ਹੈ ਜਾਂ ਕੋਈ ਥਾਣੇ ਦੇ ਵਿੱਚ ਚੱਕ ਕੇ ਜ਼ਬਰਦਸਤੀ ਲੈ ਕੇ ਜਾਂਦੇ ਨੇ ਮੋਰਚੇ ਤੋਂ ਜਾਂ ਕਿਸੇ ਇਹੋ ਜਿਹੀ ਐਕਟੀਵਿਟੀ ਤੋਂ ਰੋਕਦੇ ਨੇ, ਅਸੀਂ ਉਹਨਾਂ ਵਾਸਤੇ ਹਮੇਸ਼ਾ ਹਾਜ਼ਰ ਹਾਂ। ਦੂਜੀ ਗੱਲ ਇਹ ਹੈ ਆਪਾਂ ਇੱਥੇ ਕੋਈ ਇਨਕਮ ਵਾਸਤੇ ਜਾਂ ਫੇਮ ਵਾਸਤੇ ਨਹੀਂ, ਆਪਾਂ ਫ੍ਰੀ ਆਫ ਕੋਸਟ ਉਹਨਾਂ ਦਾ ਜਿਹੜਾ ਬਿਲਕੁਲ ਜੀ ਬਿਲਕੁਲ ਪਤਾ ਲੱਗ ਗਿਆ ਸੋਨਿਹਾਲ ਨੰਬਰ ਮੇਰਾ ਜੀ 98-158-70-073। ਤੇ ਇੱਕ ਜਿਹੜੀ ਮੈਂ ਹੋਰ ਗੱਲ ਦੱਸਾਂ ਵਕੀਲ ਸਾਹਿਬ, ਤੁਹਾਨੂੰ ਇੱਕ ਗੱਲ ਪੁੱਛਣਾ ਵੀ ਚਾਹੁੰਦਾ, ਮੇਰੇ ਯਾਦ ਆ ਗਈ ਪਿਛਲੇ ਦਿਨ ਕੀ ਹੋਇਆ। ਦੇਖੋ ਨੌਜਵਾਨ ਜਿਹੜਾ ਸ਼ਾਂਤੀ ਮਾਰਚ ਕਰ ਰਹੇ ਨੇ, ਜਿਹੜਾ ਗੱਡੀਆਂ ਦੇ ਉੱਪਰ ਨਿਸ਼ਾਨ ਸਾਹਿਬ ਸਾਡੇ ਝੰਡੇ ਲੱਗੇ ਹੋਏ ਸੀ ਨਿਸ਼ਾਨ ਸਾਹਿਬ ਦੇ, ਇਹਨਾਂ ਦੇ ਉੱਪਰ ਜਿਹੜੀ ਪ੍ਰਸ਼ਾਸਨ ਜਾਣ ਕੇ ਤੰਗ ਪਰੇਸ਼ਾਨ ਕਰ ਰਹੇ, ਧਮਕੀਆਂ ਵੀ ਦੇ ਰਹੇ, ਤੁਹਾਡੇ ਦੇ ਪਰਚਾ ਪਾ ਦਾਂਗੇ, ਤੁਹਾਡੇ ਤੇ ਇਹ ਕਰ ਦਾਂਗੇ, ਤੁਹਾਡੇ ਜੋਬ ਕਰ ਦਾਂਗੇ, ਜੇ ਕੋਈ ਸਾਡਾ ਇਹ ਕੌਮੀ ਨਿਸ਼ਾਨ ਆ ਠੀਕ ਹੈ ਆਪਾਂ ਇਹ ਲਾਉਣਾ, ਉਹਦੇ ਜਿਹੜੇ ਤੰਗ ਪਰੇਸ਼ਾਨ ਕਰਦੇ ਨੇਗੇ ਉਹਦੇ ਬਾਰੇ ਤੁਹਾਡੀ ਕੋਈ ਗੱਲਬਾਤ? ਤੁਸੀਂ ਵਕੀਲ ਹੋ, ਤੁਹਾਨੂੰ ਕਾਨੂੰਨੀ ਮਹਿਰਾਂ ਨੂੰ ਪਤਾ ਹੈ ਵੀ ਜਿਹੜਾ ਪ੍ਰਸ਼ਾਸਨ ਨਜਾਇਜ਼ ਜਿਹੜਾ ਉੱਪਰ ਕੇਸਰੀ ਨਿਸ਼ਾਨ ਲੱਗਿਆ ਹੋਇਆ ਤੰਗ ਪਰੇਸ਼ਾਨ ਕਰਦਾ, ਉਹਦੇ ਬਾਰੇ ਤੁਹਾਡੀ ਕੀ ਕੋਈ ਵਿਚਾਰਧਾਰਾ? ਦੇਖੋ ਜਦੋਂ ਵੀ ਆਪਾਂ ਕਿਸੇ ਐਜੀਟੇਸ਼ਨ ਦੇ ਵਿੱਚ ਜਾਂ ਕੋਈ ਮੋਰਚੇ ਦੇ ਵਿੱਚ ਆਪਾਂ ਕੋਈ ਇਹੋ ਜਿਹਾ ਸ਼ਾਂਤੀਪੂਰਵਕ ਕੋਈ ਰੋਸ ਕਰਦੇ ਹਾਂ ਤਾਂ ਉਹਦੇ ਵਿੱਚ ਆਪਾਂ ਨੂੰ ਪ੍ਰਸ਼ਾਸਨ ਤਾਂ ਤੰਗ ਕਰਦਾ ਹੀ ਕਰਦਾ, ਪਰ ਜਿਹੜੇ ਸਾਡੇ ਅਧਿਕਾਰ ਨੇ ਜਿਹੜੇ ਸਾਨੂੰ ਕੰਸਟੀਟਿਊਸ਼ਨ ਅਧਿਕਾਰ ਦਿੱਤੇ ਹੋਏ ਨੇ, ਸੰਵਿਧਾਨ ਨੇ ਅਧਿਕਾਰ ਦਿੱਤੇ ਹੋਏ ਨੇ, ਉਹਨਾਂ ਤੋਂ ਇਹ ਸਰਮੁਖ ਨਹੀਂ ਹੋ ਸਕਦੇ। ਕਿਉਂਕਿ ਜਿਹੜਾ ਵੀ ਮੰਨ ਲਓ ਸਾਡਾ ਨਿਸ਼ਾਨ ਲਾਉਣਾ, ਚਾਹੇ ਉਹ ਸਾਡਾ ਤਿਰੰਗਾ ਚਾਹੇ ਕੌਮੀ ਸਾਡਾ ਝੰਡਾ ਨਿਸ਼ਾਨ ਸਾਹਿਬ ਹੈ, ਉਹ ਅਸੀਂ ਆਪਣਾ ਜਿਹੜਾ ਦਿਖਾ ਸਕਦੇ ਹਾਂ, ਉਹਦੇ ਕੋਈ ਰੋਕ ਟੋਕ ਨਹੀਂ। ਜੇ ਫਿਰ ਵੀ ਉਹਦੇ ਅਗੇਂਸਟ ਕੋਈ ਕਾਰਵਾਈ ਹੁੰਦੀ ਹੈ ਤਾਂ ਤੁਸੀਂ ਬਾਏ ਨੇਮ ਅਗਲੇ ਦਾ ਦੇਖੋ ਵੀ ਕੀ ਨਾਂ ਹੈ, ਕੀ ਉਹਦੀ ਫੀਤੀ ਲੱਗੀ ਹੈ, ਉਹ ਤੁਸੀਂ ਸਾਨੂੰ ਦੋ, ਅਸੀਂ ਉਹਦੇ ਅਗੇਂਸਟ ਜਾ ਕੇ ਹਾਈਕੋਰਟ ਦੇ ਵਿੱਚ ਪੇਸ਼ ਹੋਵਾਂਗੇ ਬਾਈ। ਬਹੁਤ ਵੱਡੀ ਗੱਲ ਕਹੀ ਹੈ, ਸਾਨੂੰ ਬਹੁਤ ਜਿਹੜੇ ਸਾਨੂੰ ਕਹਿੰਦਾ ਨਿਸ਼ਾਨ ਸਾਹਿਬ ਦੇ ਲਾ ਕੇ ਸਾਨੂੰ ਬਹੁਤ ਸਾਰੇ ਪੁਲਿਸ ਡਰਾਉਂਦੀ ਆ ਧਮਕਾਉਂਦੀ ਆ, ਵਕੀਲ ਸਾਹਿਬ ਨੇ ਬਹੁਤ ਚੰਗੀ ਗੱਲ ਕਹੀ ਹੈ। ਜੇ ਕੋਈ ਹਾਂ ਅਸੀਂ ਕੋਈ ਹੋਲੜਬਾਜ਼ੀ ਨਹੀਂ ਕਰਨੀ, ਜੇ ਕੋਈ ਤੁਹਾਨੂੰ ਨਜਾਇਜ਼ ਤੰਗਵਾਦ ਤਿਆਰ ਕਰਦੇ ਤਾਂ ਸਾਡੀ ਵਕੀਲ ਸਾਹਿਬ ਉਹਨਾਂ ਨੂੰ ਮਿਲ ਸਕਦੇ ਉੱਤੇ ਅੰਦੋਲਨ ਦੇ ਵਿੱਚ ਸੇਵਾਵਾਂ ਨਿਭਾ ਰਹੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਕੋਈ ਹੋਰ ਕੋਈ ਗੱਲ ਕਰਨਾ ਚਾਹੁੰਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।